ਦੋ ਟਾਈਮ ਦੀ ਰੋਟੀ ਵੀ ਘਰੇ ਮਤਲਬ ਪੂਰੀ ਨਹੀਂ ਹੋ ਸਕਦੀ ਸੀ ਆਕਾਲ ਪੈਂਦੇ ਸੀ ਤੇ ਮੈਂ ਜਦੋਂ 6ਵੀਂ ਕਲਾਸ ਚ ਦਾਖਲਾ ਲਿਆ ਹਾਈ ਸਕੂਲ ਚ ਤੇ 6 ਰੁਪਏ ਮਹੀਨਾ ਫੀਸ ਦੇ ਵੀ ਪੈਸੇ ਨਹੀਂ ਹੁੰਦੇ ਸੀ ਤੇ ਮੈਂ ਆਪਣੇ ਪਿੰਡ ਦੇ ਸਰਪੰਚ ਦੇ ਕਈ ਚੱਕਰ ਲਾਏ ਆਪਣੀ ਐਪਲੀਕੇਸ਼ਨ ਤੇ ਉਹਦੇ ਦਸਤਖਤ ਲੈਣ ਲਈ ਕਿ ਮੇਰੇ ਫਾਦਰ ਸਾਹਿਬ ਦੀ ਜਿਹੜੀ ਇਨਕਮ ਹੈ ਉਹ ਬਿਲੋ ਪਾਵਰਟੀ ਲਾਈਨ ਹੈ ਤੇ ਉਸ ਤੋਂ ਬਾਅਦ ਆਫ ਕੋਰਸ ਮੈਨੂੰ ਫੀਸ ਕੰਸੈਸ਼ਨ ਮਿਲ ਗਿਆ ਤੇ 10ਵੀਂ ਚ ਮੈਂ ਫਿਰ ਮੈਰਿਟ ਲਿਸਟ ਸੀਗਾ ਮੇਰਾ ਨਾਮ ਇਹਨਾਂ ਨੈਸ਼ਨਲ ਸਕਾਲਰਸ਼ਿਪ ਮਿਲਿਆ ਤੇ ਮੈਂ ਚੰਡੀਗੜ੍ਹ 11ਵੀਂ ਕੀਤੀ ਫਿਰ ਡੈਲੀ ਵੀ ਮੈਨੂੰ ਸਕਾਲਰਸ਼ਿਪ ਮਿਲਿਆ ਤੇ ਮੈਂ ਟਿਊਸ਼ਨ ਵੀ ਕਰ ਲੈਂਦਾ ਸੀ ਤੇ ਮੈਂ ਮੈਨੇਜ ਕੀਤਾ ਸਮਹਾਓ ਬਟ ਉਹ ਜਿਹੜਾ ਸੀਗਾ ਪਾਵਰਟੀ ਸੀ ਉਸ ਦਾ ਮਤਲਬ ਪ੍ਰਭਾਵ ਅੱਜ ਤੱਕ ਹੈਗਾ ਲੇਕਿਨ ਇੱਕ ਬੜੀ ਇੰਟਰਸਟਿੰਗ ਚੀਜ਼ ਇਹ ਹੈ ਕਿ ਜਦੋਂ ਅਸੀਂ ਗਰੀਬ ਹੁੰਦੇ ਸੀ ਸਾਰੇ ਮਤਲਬ ਮੇਰੀ ਸਿਸਟਰ ਤੇ ਮੇਰੇ ਦੂਜੇ ਭਰਾ ਹੋਰ ਰਿਸ਼ਤੇਦਾਰ ਗਵਾਂਢੀ ਤੇ ਉਹ ਗਰੀਬੀ ਇੰਨੀ ਕਸ਼ਟਦਾਇਕ ਨਹੀਂ ਸੀ ਕਿਉਂਕਿ ਸਾਰੇ ਹੀ ਲਗਭਗ ਗਰੀਬ ਸੀਗੇ ਬਾਅਦ ਚ ਮੈਂ ਐਜ਼ ਪ੍ਰੋਫੈਸਰ ਆਫ ਬੁੱਧਿਜ਼ਮ ਐ ਜਦੋਂ ਮੈਨੂੰ 3.5 ਲੱਖ ਰੁਪਏ ਮਹੀਨਾ ਸੈਲਰੀ ਮਿਲਦੀ ਸੀ ਦੇਖਿਆ ਕਿ ਉਦੋਂ ਸ਼ਾਇਦ ਜ਼ਿਆਦਾ ਕਸ਼ਟ ਦਾ ਸ਼ਾਇਦ ਟਾਈਮ ਹੋ ਗਿਆ ਇਹ ਸ਼ਾਇਦ ਬੁੱਧਿਜ਼ਮ ਨੂੰ ਪੜ੍ਹਨ ਦੇ ਕਾਰਨ ਵੀ ਸ਼ਾਇਦ ਮਹਿਸੂਸ ਹੋਣ ਲੱਗਿਆ ਕਿਉਂਕਿ ਲਾਰਡ ਬੁੱਧ ਨੇ ਜਿਹੜੇ ਉਹ ਬਾਬਾ ਨਾਨਕ ਵਾਂਗ ਕਹਿੰਦੇ ਨੇ ਕਿ ਸੰਸਾਰ ਚ ਸ਼ਾਂਤੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਹਰ ਵਿਅਕਤੀ ਨੂੰ ਜਿਹੜੇ ਰਿਸੋਰਸਸ ਨੇ ਸਮਾਜ ਦੇ ਉਹਨਾਂ ਦੇ ਉਹਨਾਂ ਲਈ ਉਹਨਾਂ ਦੀ ਇਕੁਅਲ ਐਕਸੈਸ ਮਿਲੇ ਬਰਾਬਰੀ ਦਾ ਹੱਕ ਮਿਲੇ ਤੇ ਸਮਾਜ ਮੈਨੂੰ ਲੱਗਦਾ ਹੈ ਇਹ ਬਾਬਾ ਨਾਨਕ ਤੇ ਮਹਾਤਮਾ ਬੁੱਧ ਦੀ ਫਿਲਾਸਫੀ ਨੂੰ ਪੜਨ ਤੋਂ ਬਾਅਦ ਹੀ ਮੈਂ ਸਿੱਖਿਆ ਕਿ ਸਮਾਜ ਚ ਅਸ਼ਾਂਤੀ ਤੇ ਹੋਰ ਸਾਰਾ ਜਿਹੜਾ ਖੂਨ ਖਰਾਬਾ ਮਾੜਾ ਕੰਮ ਹੋ ਰਿਹਾ ਹੈ ਉਹ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਸਾਰੇ ਨਾਗਰਿਕਾਂ ਨੂੰ ਬਰਾਬਰ ਦਾ ਅਧਿਕਾਰ ਆਪਣੀਆਂ ਬੇਸਿਕ ਜ਼ਰੂਰਤਾਂ ਪੂਰੀਆਂ ਕਰਨ ਦਾ ਨਹੀਂ ਦਿੱਤਾ। ਮੇਰਾ ਨਾਮ ਕਰਮਤੇਜ ਸਿੰਘ ਸਰਾਵ ਹੈਗਾ। ਮੈਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਛੱਠਾ ਗੋਬਿੰਦਪੁਰਾ ਚ ਪੈਦਾ ਹੋਇਆ ਸੀ ਜੋ ਖਨੌਰੀ ਮੰਡੀ ਦੇ ਨੇੜੇ ਹੈਗਾ ਕੋਈ 5 ਕਿਲੋਮੀਟਰ ਹੈਗਾ ਉੱਥੋਂ ਤੇ ਮੈਂ ਆਪਣੀ ਪ੍ਰਾਇਮਰੀ ਸਕੂਲਿੰਗ ਜਿਹੜੀ ਹੈਗੀ ਉਹ ਮੈਂ ਆਪਣੇ ਪਿੰਡੋਂ ਕੀਤੀ ਸੀ ਤੇ ਹਾਈ ਸਕੂਲ ਫਿਰ ਮੇਰੇ ਪਿੰਡ ਦੇ ਨੇੜੇ ਖਨੌਰੀ ਮੰਡੇ ਹਾਈ ਸਕੂਲ ਤੋਂ ਮੈਂ ਆਪਣੀ 10ਵੀਂ ਕੀਤੀ ਤੇ ਜਦੋਂ ਮੈਂ ਪਿੰਡ 'ਚ ਰਹਿੰਦਾ ਸੀ ਜਦੋਂ ਮੈਂ ਪ੍ਰਾਇਮਰੀ ਸਕੂਲਿੰਗ ਕੀਤੀ ਉਹਨਾਂ ਦਿਨਾਂ 'ਚ ਸਾਡੇ ਪਿੰਡ 'ਚ ਸਕੂਲ ਤੇ ਵੈਸੇ ਕੋਈ ਹੈਗਾ ਨਹੀਂ ਸੀ ਤੇ ਇੱਕ ਹੀ ਟੀਚਰ ਹੁੰਦਾ ਸੀ ਉਹ ਪਿੰਡ ਦੀ ਹਥਾਈ 'ਚ ਕਲਾਸਾਂ ਲੈਂਦੇ ਸਨ ਤੇ ਮੈਂ ਪਹਿਲੀ ਵਾਰੀ ਤੀਜੀ ਕਲਾਸ ਚ ਮੈਂ ਆਪਣਾ ਦਾਖਲਾ ਲਿਆ ਸਕੂਲ ਚ ਪਹਿਲੀ ਦੂਜੀ ਕਲਾਸ ਮੇਰੀ ਨਹੀਂ ਹੋਈ ਸੀ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਮੇਰੀ ਲੋਡ ਪੈਂਦੀ ਸੀ ਛੋਟੇ ਹੁੰਦੀ ਸੀ ਖੇਤਾਂ ਚ ਮੱਝਾਂ ਤੇ ਗਾਈਆਂ ਸੰਭਾਲਣ ਦੀ ਤੇ ਜਦੋਂ ਮੇਰਾ ਛੋਟਾ ਭਰਾ ਥੋੜਾ ਜਿਹਾ ਵੱਡਾ ਹੋ ਗਿਆ ਉਹਨੇ ਗਾਈਆਂ ਤੇ ਮੱਝਾਂ ਸੰਭਾਲ ਲੈ ਸ਼ੁਰੂ ਕੀਤਾ ਤੇ ਫਿਰ ਮੈਨੂੰ ਉਹਨਾਂ ਨੇ ਸਕੂਲ ਭੇਜਿਆ ਤੇ ਮੈਂ ਤੀਜੀ ਕਲਾਸ ਚ ਵੀ ਜਨਵਰੀ ਦੇ ਨੇੜੇ ਜਾ ਕੇ ਦਾਖਲਾ ਹੋਇਆ ਤੇ ਤਿੰਨ ਕਿ ਮਹੀਨਾ ਬਾਅਦ ਫਿਰ ਮੈਂ ਚੌਥੀ ਕਲਾਸ ਸ਼ੁਰੂ ਕੀਤੀ ਤੋ ਪੰਜਵੀਂ ਕਰਕੇ ਮੈਂ ਹਾਈ ਸਕੂਲ ਤੋਂ ਫਿਰ ਖਨੌਰੀ ਮੰਡੀ ਤੋਂ ਮੈਂ 10ਵੀਂ ਕੀਤੀ ਤੇ ਫਿਰ ਇੱਕ ਸਾਲ ਮੈਂ ਚੰਡੀਗੜ੍ਹ ਪੜਿਆ 11ਵੀਂ ਕਲਾਸ ਚ ਡੀਏਵੀ ਕਾਲਜ ਤੇ ਉਸ ਤੋਂ ਬਾਅਦ ਫਿਰ ਮੈਂ ਡੈਲੀ ਯੂਨੀਵਰਸਿਟੀ ਤੋਂ ਬੀਏ ਆਨਰਸ ਹਿਸਟਰੀ ਤੇ ਐਮਏ ਇਨ ਹਿਸਟਰੀ ਕੀਤੀ ਤੇ ਜਦੋਂ ਮੈਂ ਐਮਏ ਕਰ ਰਿਹਾ ਸੀ ਮੇਰਾ ਆਈਪੀਐਸ ਚ ਸਿਲੈਕਸ਼ਨ ਹੋ ਗਿਆ ਸੀ 77 ਚ ਲੇਕਿਨ ਜਦੋਂ ਜੁਆਇਨ ਕਰਨ ਦਾ ਟਾਈਮ ਆ ਉਹਦੋਂ ਤੱਕ ਮੇਰੀ ਐਮਏ ਹੋ ਗਈ ਸੀ ਤੇ ਮੈਨੂੰ ਡੈਲੀ ਯੂਨੀਵਰਸਿਟੀ ਸੀ ਕਰੋੜੀਮਲ ਕਾਲਜ ਚ ਲੈਕਚਰਰ ਦੀ ਜੌਬ ਮਿਲ ਗਈ ਤੇ ਮੈਂ ਫਿਰ ਕਰੋੜੀਮਲ ਕਾਲਜ ਚ 13 ਸਾਲ ਪੜਾਇਆ ਤੇ ਉਸ ਤੋਂ ਬਾਅਦ ਫਿਰ ਡੈਲੀ ਯੂਨੀਵਰਸਿਟੀ ਵਿੱਚ ਬੁੱਧਿਸਟ ਸਟੱਡੀਜ਼ ਚ ਮੈਨੂੰ ਐਸੋਸੀਏਟ ਪ੍ਰੋਫੈਸਰ ਦਾ ਜੌਬ ਮਿਲਿਆ ਰੀਡਰ ਕਹਿੰਦੇ ਸੀ ਉਹਨਾਂ ਨੇ ਐਸੋਸੀਏਟ ਪ੍ਰੋਫੈਸਰ ਨੂੰ ਤੇ ਉਸ ਤੋਂ ਕੋਈ 3 ਸਾਲ ਬਾਅਦ ਫਿਰ ਮੈਂ ਉੱਥੇ ਪ੍ਰੋਫੈਸਰ ਬਣ ਗਿਆ ਸੀ 95 ਚ ਲੇਕਿਨ ਜਦੋਂ ਮੈਂ ਕਰੋੜੀਮਾਲ ਕਾਲਜ ਪੜਾ ਰਿਆ ਸੀ ਤੇ ਉੱਥੋਂ ਉਹਨਾਂ ਦਿਨਾਂ 'ਚ ਮੈਨੂੰ ਫਿਰ ਇੰਗਲੈਂਡ 'ਚ ਕੇਮਬ੍ਰਿਜ ਯੂਨੀਵਰਸਿਟੀ 'ਚ ਪੜਨ ਦਾ ਕਾਮਨਵੈਲ ਸਕਾਲਰਸ਼ਿਪ ਮਿਲਿਆ ਪਰੰਤੂ ਪੀ ਐਚ ਡੀ ਕਰਨ ਲਈ ਤੇ ਮੈਂ ਜਦੋਂ ਕੇਮਬ੍ਰਿਜ ਗਿਆ ਪੀ ਐਚ ਡੀ ਕਰਨ ਲਈ ਉਸ ਤੋਂ ਪਹਿਲਾਂ ਮੈਂ ਆਪਣੀ ਡੈਲੀ ਯੂਨੀਵਰਸਿਟੀ 'ਚ ਵੀ ਬੁੱਧਿਸਟ ਹਿਸਟਰੀ 'ਚ ਪੀ ਐਚ ਡੀ ਜਮਾ ਕਰਾ ਚੁੱਕਿਆ ਸੀ ਲੇਕਿਨ ਕਿਉਂਕਿ ਪੀ ਐਚ ਡੀ ਦਾ ਰਿਜ਼ਲਟ 2-3 ਸਾਲ ਨਹੀਂ ਆਇਆ ਸੀ ਤੇ ਇਸੇ ਕਰਕੇ ਫਿਰ ਕੇਮਬ੍ਰਿਜ ਯੂਨੀਵਰਸਿਟੀ ਤੋਂ ਮੈਂ ਇੱਕ ਹੋਰ ਪੀ ਐਚ ਡੀ ਕੀਤੀ ਆਰਕੀਓਲੋਜੀ 'ਚ The Cambridge University The PhD in Cambridge normally system research scholars also used to get some teaching work. So I worked partly as a sort of teaching assistant. Then I came back to Delhi University. And so I have taught at Delhi University for about 41 years. And in the meantime, which the Baki University as a visiting professor. ਯਾ 온 ਡੈਪੂਟੇਸ਼ਨ ਫਰਮ ਦਿੱਲੀ ਯੂਨੀਵਰਸਿਟੀ ਜਾਂ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਵੀ ਮੈਂ ਡੈਪੂਟੇਸ਼ਨ ਤੇ ਕੁਝ ਯੂਨੀਵਰਸਿਟੀਆਂ ਚ ਮੈਂ ਪੜ੍ਹਾ ਚੁੱਕਿਆ ਹਾਂ ਜਿਦਾਂ ਕਿ ਮੈਂ ਸਾਰਬੋਂ ਪੈਰਿਸ ਚ ਮੈਂ ਦੋ ਵਾਰ ਵਿਜ਼ਿਟਿੰਗ ਪ੍ਰੋਫੈਸਰ ਰਿਹਾ ਮੈਂ ਵਿਏਨਾ ਯੂਨੀਵਰਸਿਟੀ ਚ ਵੀ ਵਿਜ਼ਿਟਿੰਗ ਪ੍ਰੋਫੈਸਰ ਰਿਹਾ ਪੜ੍ਹਾਇਆ ਮੈਂ ਕੈਂਬਰੀਜ ਯੂਨੀਵਰਸਿਟੀ ਚ ਵੀ ਮੈਂ ਇੱਕ ਸਾਲ ਵਿਜ਼ਿਟਿੰਗ ਫੈਲੋ ਸੀ ਟੋਰਾਂਟੋ ਯੂਨੀਵਰਸਿਟੀ ਚ ਵੀ ਮੈਂ ਇੱਕ ਸਾਲ ਵਿਜ਼ਿਟਿੰਗ ਫੈਲੋ ਰਿਹਾ ਤੇ ਸ਼ਾਂਤੀ ਨਿਕੇਤਨੀ ਜਿਵੇਂ ਮੈਂ ਕੁਝ ਦਿਨ ਪੜ੍ਹਾਇਆ ਕੰਬੋਡੀਆ ਚ ਵੀ ਮੈਂ ਭਾਰਤ ਸਰਕਾਰ ਵੱਲੋਂ ਇੱਕ ਚੇਅਰ ਉੱਥੇ ਐਸਟੈਬਲਿਸ਼ ਕੀਤੀ ਗਈ ਸੀ ਬੁੱਧਿਜ਼ਮ ਤੇ ਸਾਂਸਕ੍ਰਿਤੀ ਉੱਥੇ ਵੀ ਮੈਂ 6 ਮਹੀਨੇ ਪੜਾਇਆ ਤੇ ਥਾਈਵਾਂਚ ਵੀ ਇੱਕ ਛੋਟੀ ਜੀ ਯੂਨੀਵਰਸਿਟੀ ਹੈਗੀ ਮਨੈਸਟਿਕ ਯੂਨੀਵਰਸਿਟੀ ਹੈਗੀ ਫਾਕੁ ਸ਼ਾਂਤਾਸ਼ਵੇ ਉੱਥੇ ਵੀ ਮੈਂ 3 ਸਾਲ ਪੜਾਇਆ ਤੇ ਇਹ ਸਾਰੇ ਦੌਰਾਨ ਚ ਮੈਂ ਡੈਲੀ ਯੂਨੀਵਰਸਿਟੀ ਤੋਂ ਛੁੱਟੀ ਸਾਨੂੰ ਮਿਲ ਜਾਂਦੀ ਸੀ ਜਾਂ ਤਾਂ ਡੈਪੂਟੇਸ਼ਨ ਤੇ ਫਿਰ ਜਾਂ ਲੀਅਨ ਵਗੈਰਾ ਤੇ ਭੇਜ ਦਿੰਦੇ ਸੀ ਤੇ ਸਵੈਟਿਕਲ ਵੀ ਪ੍ਰੋਫੈਸਰਾਂ ਨੂੰ ਮਿਲ ਜਾਂਦੀ ਹੈ 3 ਸਾਲ ਦੀ ਸੋ ਆਈ ਯੂਜ਼ਡ ਆਲ ਦਿਸ ਟਾਈਮ ਬੇਸਿਕਲੀ ਟੂ ਟੀਚ ਇਨ ਥੀਸ ਡਿਫਰੈਂਟ ਯੂਨੀਵਰਸਿਟੀਆਂ ਤੇ ਮੈਂ ਲਗਭਗ 105 ਦੇਸ਼ਾਂ ਚ ਮੈਂ ਘੁੰਮ ਚੁੱਕਿਆ ਜਾਂ ਰਹਿ ਚੁੱਕਿਆ ਤੇ ਕੈਨੇਡਾ ਚ ਮੇਰਾ ਪਰਿਵਾਰ ਰਹਿੰਦਾ ਰਹਿੰਦਾ ਹੈਗਾ ਸਾਰਾ ਤੇ ਆਫ ਕੋਰਸ ਇੰਗਲੈਂਡ ਜਿੱਦਾਂ ਕਿ ਮੈਂ ਕਿਹਾ ਮੈਂ ਉੱਥੇ ਪੜ੍ਹਾਇਆ ਹੈਗਾ ਤਿੰਨ ਸੌਰੀ ਮੈਂ ਪੀ ਐਚ ਡੀ ਕੀਤੀ ਹੋਏ ਤਿੰਨ ਸਾਲ ਤੇ ਇੱਕ ਸਾਲ ਪੜ੍ਹਾਇਆ ਤੇ ਅਮਰੀਕਾ ਚ ਯੂ ਐਸ ਚ ਮੈਂ ਵੀ ਸੈਨ ਫਰਾਂਸਿਸਕੋ ਦੇ ਨੇੜੇ ਇੱਕ ਛੋਟੀ ਜੀ ਯੂਨੀਵਰਸਿਟੀ ਹੈ ਕਿ ਉਥੇ ਵੀ ਮੈਂ ਕੁਝ ਦਿਨ ਪੜਾਇਆ ਤੇ ਅਮਰੀਕਾ ਮੈਂ ਬਹੁਤ ਰਹਾਂ ਐਕਸਟੈਂਡਡ ਪੀਰੀਅਡਸ ਆਫ ਟਾਈਮ ਤੇ ਸਾਊਥ-ਈਸਟ ਏਸ਼ੀਆ ਚ ਕਿਉਂਕਿ ਬੁੱਧ ਧਰਮ ਬੜਾ ਪਪੂਲਰ ਹੈ ਮੈਂ ਬੁੱਧ ਧਰਮ ਦਾ ਪ੍ਰੋਫੈਸਰ ਰਹਾਂ ਲਗਭਗ ਸਾਰੇ ਹੀ ਸਾਊਥ-ਈਸਟ ਏਸ਼ੀਆ ਦੇ ਕੰਟਰੀਜ਼ ਚ ਮੈਂ ਪੜਾਇਆ ਹੈਗਾ ਮੈਂ ਉੱਥੇ ਉੱਥੇ ਦੇ ਸਟੂਡੈਂਟਸ ਨੂੰ ਮੈਂ ਪੀ ਐਚ ਡੀ ਸੁਪਰਵਾਈਜ਼ ਕੀਤੀ ਹੈ ਕਿ ਤਾਂ ਜਿੱਦਾਂ ਕਿ ਵਿਏਟਨਾਮ ਦੇ 30 ਸਟੂਡੈਂਟਸ ਨੇ ਮੇਰੇ ਨਾਲ ਪੀ ਐਚ ਡੀ ਕੀਤੀ ਹੈ ਟੋਟਲ ਕੋਈ 62 ਸਟੂਡੈਂਟਸ ਨੇ ਮੇਰੇ ਨਾਲ ਸਾਊਥੀ ਈਸਟ ਏਸ਼ੀਆ ਦੇ ਸਟੂਡੈਂਟਸ ਨੇ ਪੀ ਐਚ ਡੀ ਮੇਰੇ ਥੱਲੇ ਕਰਕੇ ਗਏ ਨੇ ਮੈਂ ਸੁਪਰਵਾਈਜ਼ਰ ਉਹਨਾਂ ਦਾ ਰਿਹਾ ਹਾਂ ਤੇ ਮੈਨੂੰ ਕਿਉਂਕਿ ਮੈਂ ਹਿਸਟਰੀ ਦਾ ਮੇਰਾ ਬੈਕਗ੍ਰਾਉਂਡ ਹੈਗਾ ਹਿਸਟਰੀ ਤੇ ਆਰਕੀਓਲੋਜੀ ਦਾ ਤੇ ਮੈਨੂੰ ਘੁੰਮਣ ਦਾ ਬਹੁਤ ਸ਼ੌਕ ਹੈ ਔਰ ਮੈਨੂੰ ਲੱਗਦਾ ਹੈ ਘੁੰਮਣ ਦਾ ਮੈਨੂੰ ਜਿਹੜਾ ਸ਼ੌਕ ਹੈ ਉਹ ਬਾਬਾ ਨਾਨਕ ਜੀ ਤੋਂ ਮੈਨੂੰ ਇੱਕ ਤਰ੍ਹਾਂ ਦੀ ਪ੍ਰੇਰਣਾ ਮਿਲੀ ਤੇ ਮੈਂ ਬੜਾ ਐਕਸਟੈਂਡਡ ਲੰਬੇ ਲੰਬੇ ਮੈਂ ਜਿਹੜੇ ਫੀਲਡ ਟ੍ਰਿਪ ਕੀਤੇ ਨੇ ਮੈਂ ਜਿਦਾ ਇੱਕ ਵਾਰ ਇੰਗਲੈਂਡ ਤੋਂ ਇੰਡੀਆ ਤੱਕ ਮੈਂ ਜ਼ਮੀਨ ਦੇ ਰਾ ਆਇਆ ਤੇ ਕੈਲਾਸ਼ ਮਾਂਸ ਰੋਵਰ ਦੀ ਯਾਤਰਾ ਜਿਹਨੂੰ ਲੋਕੀ ਬਹੁਤ ਡਿਫਿਕਲਟ ਟ੍ਰੈਕ ਕਹਿੰਦੇ ਨੇ ਮੈਂ 7 ਵਾਰ ਕੀਤੀ ਹੈ ਤੇ ਮੇਰਾ ਬੇਸਿਕ ਇੰਟਰਸਟ ਜਿਹੜਾ ਹੈਗਾ ਉਹ ਤਾਂ ਬੁੱਧਿਧਮ ਦਾ ਹੈਗਾ Uh, but uh, being a punjabi i also take keen interest in uh, punjabi culture for example uh, mera bahut serious interest hai ga in 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 uh, basically the teaching and philosophy of uh, guru nanak dev ji te baba ji di sari history de bare itihas unna uh, da uh, jeha guru nanak dev ji di jinni vi den hai gi uh, sikh culture nu ya ja punjabi culture keh lo ਇਨਕਲੂਡਿੰਗ ਉਦਾਸੀ ਪਰੰਪਰਾ ਉਹਨਾਂ ਦੇ ਜਿਹੜੇ ਵੱਡੇ ਲੜਕੇ ਸ਼੍ਰੀ ਚੰਦ ਜੀ ਸੀਗੇ ਜਿਨ੍ਹਾਂ ਨੇ ਇਹ ਉਦਾਸੀ ਪਰੰਪਰਾ ਸ਼ੁਰੂ ਕੀਤੀ ਉਹਦੇ 'ਚ ਮੇਰਾ ਬੜਾ ਸਪੈਸ਼ਲ ਇੰਟਰਸਟ ਹੈਗਾ ਤੇ ਜਿੱਦਾਂ ਬਾਬਾ ਜੀ ਨੇ ਚਾਰ ਉਦਾਸੀਆਂ 'ਚ ਲਗਭਗ ਸਾਰੇ ਏਸ਼ੀਆ ਤੇ ਪਾਰਟਸ ਆਫ ਅਫਰੀਕਾ 'ਚ ਪੈਦਲ ਉਹਨਾਂ ਨੇ ਯਾਤਰਾ ਕੀਤੀ ਇਸ ਤਰ੍ਹਾਂ ਹੀ ਮੇਰਾ ਵੀ ਇਦਾਂ ਦਾ ਇੰਟਰਸਟ ਬਾਬਾ ਜੀ ਦੀ ਜਿਹੜੀ ਉਦਾਸੀਆਂ ਨੇ ਸਪਿਰਚੁਅਲ ਜਰਨੀਜ਼ ਨੇ ਉਹ ਤੋਂ ਬਹੁਤ ਪ੍ਰੇਰਣਾ ਮਿਲੀ ਹੈ ਤੇ ਮੈਂ ਸਪੈਸੀਫਿਕਲੀ ਬਾਬਾ ਜੀ ਦੀ ਜਿਹੜੀ ਚੌਥੀ ਉਦਾਸੀ ਹੈ ਉਹਦੀ ਸਟੱਡੀ ਕੀਤੀ ਹੈ ਜਿੱਦਾਂ ਕਿ ਬਾਬਾ ਜੀ ਜਦੋਂ ਮੱਕਾ ਮਦੀਨਾ ਵੱਲੋਂ ਵਾਪਸ ਆ ਰਹੇ ਸੀਗੇ ਪੰਜਾਬ ਵੱਲ ਵਾਇਆ সেন্ট্রਲ ਏਸ਼ੀਆ ਤੇ ਉਹ ਬਾਕੂ ਚ ਵੀ ਇੱਕ ਥਾਂ ਤੇ ਰੁਕੇ ਸੀਗੇ ਜਿੱਥੇ ਅੱਜਕੱਲ ਜਵਾਲਾ ਜੀ ਦਾ ਮੰਦਿਰ ਬਣਿਆ ਹੋਇਆ ਜਿਹਨੂੰ ਲੋਕਲ ਲੋਕੀ ਆਤਿਸ਼ਗਾਹ ਕਹਿੰਦੇ ਨੇ ਆਤਿਸ਼ਗਾਹ ਆਫ ਬਾਕੂ ਤੇ ਮੈਂ ਉੱਥੇ ਇਹ part of this journey i have also done myself so when i was in baku i visited this temple te itthe 23 shilalekh lagge hoye ne alag alag jehdiya kothriyan baniyan hoyian ne jithe udasi sadhu rehnde sige baba shri chand ji de chele te ona kothriyan te sariyan te shilalekh lagge hoye ne inna shilalekhan vichon 18 te sanskrit ch hege jo gurmukhi ede ch devanagari script ch hege te do shilalekh jehde ne oh gurmukhi vich hege ਜਿਨਾ ਚ ਮੂਲ ਮੰਤਰ ਲਿਖਿਆ ਹੋਇਆ ਹੈਗਾ ਤੇ ਨਾਲ ਨਾਲ ਉਦਾਸੀ ਸਾਧੂਆਂ ਦੇ ਨਾਂ ਨੇ ਗੁਰਮੁਖੀ ਲਿਪੀ ਚ ਲਿਖੇ ਹੋਏ ਤੇ ਇੱਕ ਹਿੰਦੀ ਦਾ ਜਿਹੜਾ ਦੇਵਨਾਗਰੀ ਦਾ ਸ਼ਿਲਾਲੇਖ ਹੈ ਉਹਦੇ ਚ ਬਾਬਾ ਨਾਨਕ ਜੀ ਦਾ ਨਾਂ ਲਿਖਿਆ ਹੋਇਆ ਹੈਗਾ ਤੇ ਅਸੀਂ ਜੋ ਇਸ ਤਰ੍ਹਾਂ ਦੀ ਚੀਜ਼ ਦੀ ਸਟੱਡੀ ਕਰਦੇ ਹਾਂ ਤੇ ਸਾਡਾ ਇਹ ਸੋਚਣਾ ਹੈਗਾ ਕਿ ਤੀਰਥ ਯਾਤਰਾ ਤੇ ਅਸੀਂ ਐਸੇ ਕਰਕੇ ਜਾਣਿਆ ਕਿਸੇ ਤੀਰਥ ਸਥਾਨ ਤੇ ਕਿ ਉੱਥੇ ਕੋਈ ਮਹਾਪੁਰਸ਼ ਨੇ ਆ ਕੇ ਆਪਣੀ ਸਪਿਰਚੁਅਲ ਰੋਹਾਨੀ ਸ਼ਕਤੀ ਛੱਡੀ ਹੈਗੀ ਤੇ ਉਹ ਸ਼ਕਤੀ ਇਦਾਂ ਨਹੀਂ ਹੈਗੀ ਕਿ ਉਹਨਾਂ ਦੇ ਸਵਰਗ ਸਿਹਾਰਨ ਤੋਂ ਬਾਅਦ ਵੀ ਅਸੀਂ ਇਹ ਮੰਨਦੇ ਹਾਂ ਕਿ ਉਹ ਖੁਦ ਬਾਬਾ ਜੀ ਜਾਂ ਉਹ ਮਹਾਨ ਪੁਰਸ਼ ਜਿਹੜੇ ਹੈਗੇ ਉੱਥੇ ਹੁਣ ਵੀ ਰਹਿ ਰਹੇ ਨੇ ਤੇ ਉਹਨਾਂ ਦੀ ਰੂਹਾਨੀ ਸ਼ਕਤੀ ਹੁਣ ਵੀ ਉੱਥੇ ਹੈਗੀ ਤੇ ਅਸੀਂ ਜਦੋਂ ਉੱਥੇ ਜਾਂਦੇ ਹਾਂ ਤੇ ਉਸ ਉਹਦੇ ਚ ਸਾਨੂੰ ਵੀ ਕੋਈ ਹਿੱਸੇਦਾਰੀ ਮਿਲਣ ਦਾ ਮੌਕਾ ਲੱਗਦਾ ਹੈਗਾ ਤੇ ਇਸ ਤਰ੍ਹਾਂ ਕੋਈ ਇੱਕ ਬਾਬਾ ਜੀ ਦਾ ਕੋਈ ਭਗਤ ਉੱਥੇ ਆਇਆ ਹੋਵੇਗਾ ਜਿਸ ਨੇ ਇਹ ਸ਼ਿਲਾ ਲੇਖ ਲਗਵਾਇਆ ਜਿਹਦੇ ਚ ਉਸਨੇ ਲਿਖਿਆ ਉਹਦਾ ਨਾਮ ਤਾਰਾ ਚੰਦ ਸੀਗਾ ਇਹ ਸ਼ਿਲਾ ਲੇਖ ਦੀ ਆਖਰੀ ਲਾਈਨ ਹੈਗੀ ਜੋ ਉਧੇ ਚ ਲਿਖਿਆ ਹੋਇਆ ਤਾਰਾ ਚੰਦ ਨਤ ਮਸਜਿਦ ਨਾਨਕ ਇਹਦਾ ਮਤਲਬ ਅਸੀਂ ਇਹ ਮੰਨਦੇ ਆ ਕਿ ਉਹਨੇ ਇੱਥੇ ਆ ਕੇ ਉਹ ਕਹਿੰਦਾ ਹੈ ਕਿ ਮੈਂ ਤਾਰਾ ਚੰਦ ਬਾਬਾ ਨਾਨਕ ਨੂੰ ਮੱਥਾ ਟੇਕਦਾ ਯਾਨੀ ਕਿ ਬਾਬਾ ਜੀ ਉੱਥੇ ਆਏ ਸੀ ਤੇ ਉਹਨਾਂ ਦੀ ਰੋਹਾਨੀ ਸ਼ਕਤੀ ਸੀਗੀ ਤੇ ਆਮ ਤੌਰ ਤੇ ਬਹੁਤ ਇਤਿਹਾਸਕਾਰ ਇਹ ਹੈਗੇ ਜਿਹੜੇ ਸਿੱਖ ਹਿਸਟਰੀ ਤੇ ਕੰਮ ਕਰਦੇ ਨੇ ਤੇ ਉਹਨਾਂ ਦਾ ਕਈਆਂ ਦਾ ਇਹ ਵੀ ਕਹਿਣਾ ਹੈਗਾ ਕਿ ਬਾਬਾ ਜੀ ਦੇ ਜਿਹੜੇ ਇਹ ਉਦਾਸੀਆਂ ਨੇ ਸਪਿਰਚੁਅਲ ਜਰਨੀਜ਼ ਨੇ ਸਾਰਾ ਮਿਥਿਕਲ ਹੈਗਾ ਰਿਐਲਿਟੀ ਨਹੀਂ ਹੈਗੀ ਤੇ ਬਹੁਤ ਮੇਰੇ ਵਰਗੇ ਜੋ ਕੰਮ ਕਰਦੇ ਨੇ ਬੰਦੇ ਹੋਰ ਕਈ ਹੈਗੇ ਸਿਕਸ ਕਾਲਜ ਉਹ ਇਹ ਮੰਨਦੇ ਨੇ ਕਿ ਨਹੀਂ ਇਹ ਹਿਸਟੋਰੀਕਲ ਹੈਗੇ ਸੱਚਮੁੱਚ ਬਾਬਾ ਜੀ ਗਏ ਸਨ ਉੱਥੇ ਤੇ ਵੀ ਹੈਵ ਸਫੀਸ਼ੀਐਂਟ ਐਵਿਡੈਂਸ ਟੂ ਪ੍ਰੂਵ ਥੈਟ ਬਾਬਾ ਨਾਨਕ ਵਾਸ ਦੀ ਗ੍ਰੇਟੈਸਟ ਟਰੈਵਲਰ ਆਫ ਹਿਸ ਟਾਈਮਸ ਤੇ ਘੱਟੋ ਘੱਟ ਇੰਡੀਆ ਦਾ ਤੇ ਇਦਾਂ ਦਾ ਕੋਈ ਹੋ ਟ੍ਰੈਵਲਰ ਨਹੀਂ ਹੋਇਆ ਐਵਰ ਜਿਨੇ ਇੰਨੀਆਂ ਲੰਬੀਆਂ ਲੰਬੀਆਂ ਸਪਿਰਚੁਅਲ ਜਰਨੀਆਂ ਕੀਤੀਆਂ ਹੋਣ ਬਾਬਾ ਜੀ ਨੇ ਲਗਭਗ ਸਾਰਾ ਏਸ਼ੀਆ ਹੋਵੇ ਚੀਨ ਹੋਵੇ ਤਿੱਬਤ ਹੋਵੇ ਬਰਮਾ ਸ਼੍ਰੀਲੰਕਾ ਸੈਂਟਰਲ ਏਸ਼ੀਆ ਅਰੇਬੀਆ ਤੱਕ ਪਾਰਟਸ ਆਫ ਅਫਰੀਕਾ ਇਹਦੇ ਬਾਰੇ ਵੀ ਹੈਵ ਸਫੀਸ਼ੀਐਂਟ ਐਵਿਡੈਂਸ ਟੂ ਪ੍ਰੂਵ ਥੈਟ ਬਾਬਾ ਜੀ ਵਿਸਿਟਡ ਦੋਸ ਏਰੀਆਸ And he had been there. As I said, I have I talk about Baku, and uh, so therefore, there is sufficient evidence to prove that Babaji had been there. And uh, uh, so, being a Sikh and being a student of Buddhism, uh, uh, I also take keen interest, as I said, in the uh, teaching of uh, Baba Nanak. This inspiration I basically got from Buddhism because uh, in many ways I see uh, so many similarities in the in the philosophy of these two uh, Mahapurush. And uh, so, therefore, uh, uh, I have uh, even uh, written a book on Baku, both in English and Hindi, and I published a couple of papers in Punjabi on the Udasi Prampara and, uh, and, and Baba Nanak. Baki, uh, I retired about two years ago from Delhi University after having taught there for forty-one years, and uh, basically. Uh, uh, being a Punjabi and being from a uh, basically rural uh, background and when I was a uh, student uh, in, in, in school uh, and even university, uh, we were very poor people. It was very difficult to pay fee. I remember uh, uh, I had to pay 6 rupees a month in my high school, my fee. My father couldn't afford to pay 6 rupees. So I remember uh, taking the rounds of the village Sarpanch. Dozens of times I went to him to get his signatures. that uh, uh, my father uh, lives below poverty line so i wanted free concession from the school uh, which of course the sarpanch did and i got free concession otherwise perhaps it would have been very difficult uh, to get education also i remember when i was in great aid eight, uh, eight um, uh, saade headmaster ne kiah ke jehde jehde nange bachche nange pairi aunde ne ohna nu juttiyan pa ke auna payega nahi class ch nahi assi aunde na wagaira wagaira te assi ta bahut bachche jehde assi nangi pairi jande si ke garibi enni si ਤੇ ਮੈਨੂੰ ਹਲੇ ਵੀ ਯਾਦ ਹੈ ਤੇ ਮੈਂ ਘਰੇ ਜਾ ਕੇ ਬਹੁਤ ਰੌਲਾ ਪਾਇਆ ਮੇਰੀ ਮਦਰ ਨੇ ਕਿਹਾ ਕਿ ਪੈਸੇ ਨਹੀਂ ਆਗੇ ਤੇਰੀ ਜੁੱਤੀਆਂ ਵਾਸਤੇ ਤੇ ਮੈਂ ਆਪਣੀ ਗ੍ਰੈਂਡਮਦਰ ਨੂੰ ਪ੍ਰੈਸ਼ਰਾਈਜ਼ ਮੇਰੀ ਗ੍ਰੈਂਡਮਦਰ ਮੈਨੂੰ ਬਹੁਤ ਪਿਆਰ ਕਰਦੀ ਸੀ ਉਹਨਾਂ ਤੋਂ ਮੈਂ ਪ੍ਰੈਸ਼ਰਾਈਜ਼ ਕਰਵਾਇਆ ਆਪਣੇ ਫਾਦਰ ਸਾਹਿਬ ਨੂੰ ਤੇ ਜਿਨ੍ਹਾਂ ਨੇ 1 ਰੁਪਏ ਚਾਰ ਰੰਗ ਦੀਆਂ ਮੈਨੂੰ ਪਲਾਸਟਿਕ ਦੀਆਂ ਜੁੱਤੀਆਂ ਦਿਲਵਾਈਆਂ ਪਹਿਲੀ ਵਾਰ ਮੇਰੀ ਲਾਈਫ ਚ ਮਾਈ ਪ੍ਰੈਸ਼ੀਅਸ ਪ੍ਰੈਸ਼ੀਅਸ ਐਕਵੀਜ਼ੀਸ਼ਨ ਐਜ਼ ਅ ਲਿਟਲ ਬாய் ਆਫ ਗ੍ਰੇਡ 8 ਤੇ ਉਹ ਮੈਂ ਕਈ ਸਾਲਾਂ ਤੱਕ ਜੁੱਤੀਆਂ ਰੱਖੇ 10ਵੀਂ ਕਲਾਸ 10ਵੀਂ ਕਲਾਸ ਤੱਕ ਰੱਖੀਆਂ ਤੇ ਮੈਂ ਸਕੂਲ ਚ ਹੀ ਪਾਉਂਦਾ ਸੀ ਉਹਨਾਂ ਨੂੰ ਬਾਕੀ ਤਾਂ ਮੈਂ ਬੈਗ ਚ ਰੱਖਦਾ ਸੀ ਤੇ ਜਦੋਂ ਫਟਣ ਲੱਗੀਆਂ ਤੇ ਫਿਰ ਮੈਂ ਟਾਂਕੇ ਲਵਾ ਲੈਂਦਾ ਸੀ ਉਹਨਾਂ ਨੂੰ ਮਤਲਬ ਰਿਮੈਂਬਰ ਦੋਜ਼ ਡੇਸ ਦੇ ਵਰ ਕਾਈਂਡ ਆਫ ਡੇਸ ਆਫ ਪਾਵਰਟੀ